शर्म खंड की
खंड में ज्ञान प्रचंड, ज्ञान खंड में ज्ञान प्रचंड, तिथ नाद विनोद कोड आनंद, शर्म खंड की बाणी रूप, रुकना चाहिए पिछली लड़ी नू जोड़न लई कुछ लफज सांझे करा ते उन्दा मेन मकसद भी अज सांझा करना चाहना। श्री गुरु ग्रंथ साहिब दी बाणी कोई ख्वाबी पलाव नहीं, जेड़ा बीते दा मिथास होवे जा अनजाने बेलोड़े बेपहुंच संसार दे किसे अनजाने रस्ते पा देवे ते बां फड़न वाला कोई न होवे। धर्म दी दुनिया विच अक्सर इयों चलदा रहा, जेड़ा अनजाने राहां ते तुर पैंदे न ते बेपहुंच मंजिलां नू अपना टारगेट बना लैंदा, मंजिल बना लैंदा, वो कई बार राह विच थक जांदा, कुछ समा चलदा थक जांदा, बार बार पुछदा, उन्हों किसे ते विश्वास नहीं रहता क्योंकि चल चल के थक चुका होंदा, मंजिल मिली नहीं होंदी, इसलिए एक कोलों पुछदा है, फिर दूजे कोलों पुछदा है, फिर तीजे कोलों पुछदा है। वो अपनी उस निराशता विच्चों इन्ना गलतान होंदा है, इन्ना अफेक्टिव होंदा है कि भरोसा उड़ा बैंदा है भी जिहड़ा इन्हें दस्सिया उन्हों ठीक है। ते कुछ लोग उसका निराशता का नजायज फायदा उठाते ने, वो कहते ने मेरे पिछे पिछे तुरिया आ, बस तो जीवन भर उन्होंने पिछे ही तुरिया रहिंदा। ते जो उन्हां कोल कुछ नहीं हुंदा फिर उन्हों अगला ख्वाबी राह विखांदे ने, जे तू मेरे पिछे तुरिया आवेगा मरण तो बाद तैनू कोई किनारा मिल जाएगा, मुक्ति मिल जाएगी, सचखंड मिल जाएगा। वो किसे ख्वाबी सचखंड दियाँ ख्वाबी मुक्ति दियाँ गल्लां करदे ने, ब्राह्मणिज्म विच भी ऐसा होया, साडी दुनिया विच भी बहुत कुछ ऐसा होया। मनुख अपहुंच हो गया, अपहुंच भी इन्ना होया सारा जीवन भावें उन्हें कर्म दा जीवन दा सुधार कीता ही ना होवे, असी उन्दे मरण तो बाद अरदासां करन लग पए इनू सचखंड विच निवास देई। वो केड़ा सचखंड है जिहड़ा मरण तो बाद मिलदा है? रब बहुत दूर हो गया क्योंकि उत्थे सचखंड है, उत्थे वसदा है। सारा जीवन नहीं मिल सकता, मरण तो बाद ही आस रखा कोई सचखंड मिलेगा। मैं एक बार अर्ज की थी, कुछ धर्मां ने ऐसी पहुंच पैदा की थी, इस्लाम ने भी आखिया जे तू ठीक मुसलमान बन जाए मरण तो बाद तैनू बहिष्ट मिलेगा, क्रिश्चियन ने भी आखिया जे तू सारी जिंदगी ईसाइयत दे घेरे विच रहे मरण तो बाद जिहड़ी आसमानी बादशाह दा उहदे विच तैनू प्रवेश दा सर्टिफिकेट हक मिल जाएगा। ते जे सिख ने भी मरण तो बाद किसे सचखंड दा
ਨਕਸ਼ਾ ਉਲੀਕਿਆ ਹੋਵੇ ਤੇ ਫਿਰ ਕੀ ਫਰਕ ਹੋਇਆ। ਮੈਂ ਇੱਕ ਵਾਰ ਕੀਤੀ ਸੀ, ਸਿੱਖ ਗੁਰਸਿੱਖੀ ਜਿਹੜੀ ਹੈ, ਗੁਰਮਤ ਜਿਹੜੀ ਹੈ, ਉਧਾਰ ਧਰਮ ਨਹੀਂ। ਉਧਾਰ ਦੀ ਪਰਿਭਾਸ਼ਾ ਕੀ ਹੈ? ਅੱਜ ਤੂੰ ਮੇਰਾ ਇਹ ਕੰਮ ਕਰ ਦੇ, ਮੈਂ ਤੈਨੂੰ ਦੇ ਦਿਆਂਗਾ, ਦੇ ਦਿਆਂ। ਉਧਾਰ ਧਰਮ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਧਰਮ ਕਰਮ ਦੀ ਰੋਸ਼ਨੀ ਵਿੱਚ ਸਿੱਖ ਨੂੰ ਰੱਖਣਾ ਚਾਹੁੰਦਾ, ਉਧਾਰ ਨਹੀਂ, ਕੈਸ਼ ਹੈ, ਨਕਦ। ਮੈਂ ਤਾਂ ਤੇਰੇ ਜੀਵਨ ਨੂੰ ਇੱਥੇ ਹੀ ਸੱਚਖੰਡ ਬਣਾ ਦੇਣਾ ਚਾਹੁੰਦਾ। ਮੈਂ ਤੇਰੇ ਜੀਵਨ ਨੂੰ ਇੱਥੇ ਹੀ ਸੱਚਖੰਡ ਬਣਾ ਦੇਣਾ ਚਾਹੁੰਦਾ। ਤੈਨੂੰ ਰੱਬ ਢੂੰਢਣ ਲਈ ਕਿਸੇ ਸੱਤਵੇਂ ਅਸਮਾਨ ਤੇ ਨਾ ਜਾਣਾ ਪਵੇ। ਤੈਨੂੰ ਸੱਚਖੰਡ ਦੇ ਕੋਈ ਵੱਖਰੇ ਨਕਸ਼ੇ ਨਾ ਚਿੱਤਰਨੇ ਪੈਣ। ਸਾਡੇ ਵਿੱਚ ਵੀ ਹੋਇਆ, ਬਹੁਤ ਸਾਰੇ ਸਾਡੇ ਲਿਟਰੇਚਰ ਵਿੱਚ ਐਸੇ ਖੁਆਬੀ ਨਕਸ਼ੇ ਚਿੱਤਰੇ ਗਏ। ਉਹਨਾਂ ਨੇ ਰੱਬ ਨੂੰ, ਰੱਬ ਦੇ ਘਰ ਨੂੰ ਸਾਡੇ ਤੋਂ ਬਹੁਤ ਦੂਰ ਕਰ ਦਿੱਤਾ, ਅਪਹੁੰਚ ਕਰ ਦਿੱਤਾ। ਪਰ ਗੁਰੂ ਨਾਨਕ ਦੀ ਸੋਚ ਉਧਾਰ ਨਹੀਂ ਸੀ, ਨਕਦ ਸੀ। ਉਧਾਰ ਉਹ ਕਰਦਾ ਜਿਹੜਾ ਗਰੀਬ ਹੋਵੇ, ਜਿਹਦੇ ਪੱਲੇ ਕੁਛ ਨਾ ਹੋਵੇ, ਜਿਹਦੇ ਕੋਲ ਹੋਵੇ ਉਹ ਕਿਉਂ ਉਧਾਰ ਕਰੇਗਾ? ਗੁਰੂ ਨਾਨਕ ਦੀ ਗੁਰਮਤ ਵਿੱਚ ਖਜ਼ਾਨੇ ਨੇ, ਗੁਰੂ ਨਾਨਕ ਦੀ ਗੁਰਮਤ ਵਿੱਚ ਰੌਸ਼ਨੀ ਹੈ, ਗੁਰੂ ਨਾਨਕ ਦੀ ਗੁਰਮਤ ਵਿੱਚ ਰਤਨ ਜਵਾਹਰ ਲਾਲ ਨੇ ਮਤ ਵਿੱਚ ਰਤਨ ਜਵਾਹਰ ਟਿਕਾ ਦਿੰਦਾ। ਗੁਰੂ ਨਾਨਕ ਦੀ ਗੁਰਮਤ ਵਿੱਚ ਪ੍ਰਭੂ ਬੈਠਾ। ਇੰਨੇ ਖਜ਼ਾਨੇ ਕੋਲ ਹੋਣ ਤਾਂ ਫਿਰ ਕਿਸੇ ਨਾਲ ਉਧਾਰ ਕਰੇ? ਮੈਂ ਅਕਸਰ ਜਦੋਂ ਪੜਚੋਲ ਵਿੱਚ ਜਾਣਾ, ਮੇਰਾ ਸਤਿਗੁਰੂ ਬਖਸ਼ਿਸ਼ ਕਰੇ, ਕਈ ਵਾਰ ਸੋਚਣਾ ਅਸੀਂ ਗੁਰਬਾਣੀਆਂ ਦੇ ਬਾਣੀਆਂ ਦੇ ਅਰਥ ਕਰਨ ਲੱਗਿਆਂ ਵੀ ਉਸ ਸ਼ਾਸਤਰਾਂ ਵੇਦਾਂ ਦੇ ਘੇਰੇ ਦੀ ਰੋਸ਼ਨੀ ਲੈ ਕੇ ਉੱਥੋਂ ਪੜਚੋਲ ਕਰਕੇ ਸ਼ਬਦਾਵਲੀ ਦੀ ਅਸੀਂ ਉਸੇ ਖੁਆਬੀ ਦੁਨੀਆਂ ਵਿੱਚ ਚਲੇ ਜਾਂਦੇ ਹਾਂ। ਜਦੋਂ ਅਸੀਂ ਬਾਣੀ ਨੂੰ ਨੇੜਿਓ ਹੋ ਕੇ ਕੈਸ਼ ਧਰਮ ਸਮਝ ਕੇ ਗੁਰੂ ਨਾਨਕ ਨੂੰ ਸਮਝਾਂਗੇ, ਸਾਨੂੰ ਪਤਾ ਲੱਗੇਗਾ ਉਹ ਭਰਿਆ ਗੁਰਮਤ ਸਮਝ ਲੈ, ਵੇਖ ਸੱਚਖੰਡ ਕਿੱਥੇ ਹੈ। ਗੁਰਮਤ ਸਮਝ ਲੈ, ਵੇਖ ਸੱਚਖੰਡ ਦਾ ਵਸਣ ਵਾਲਾ ਕਿੱਥੇ ਹੈ। ਦੂਰ ਤੇ ਹੈ ਹੀ ਨਹੀਂ। ਔਰ ਗੁਰੂ ਨੇ ਫੈਸਲਾ ਬੜਾ ਖੂਬਸੂਰਤ ਦੁਆਰ ਵੀ ਦਿੱਤਾ, ਕਹਿਣ ਲੱਗੇ ਨੇੜਾ ਹੈ, ਨੇੜਾ ਹੈ, ਦੂਰ ਨਾ ਜਾਣੋ, ਨੇੜਾ ਹੈ, ਦੂਰ ਨਾ ਜਾਣੋ ਜੀ। ਫਿਰ ਮਿਲੇ ਕਿਵੇਂ, ਪਤਾ ਕਿਵੇਂ ਲੱਗੇ, ਪਛਾਣ ਕਿਵੇਂ ਹੋਵੇ ਉਹ ਨੇੜੇ? ਅਗਲੀ ਲਾਈਨ ਅੰਦਰ ਦੁਹਰਫੀ ਫੈਸਲਾ ਕੀਤਾ, ਗੁਰ ਸ਼ਬਦੀ, ਗੁਰ ਸ਼ਬਦੀ ਨਜ਼ੀਕ ਪਛਾਣੋ, ਨੇੜਾ ਹੈ, ਨੇੜਾ ਹੈ, ਦੂਰ ਨਾ ਜਾਣੋ, ਗੁਰ ਸ਼ਬਦੀ ਨਜ਼ੀਕ ਪਛਾਣੋ। ਲੱਗੇ ਜੇ ਗੁਰੂ ਸ਼ਬਦ ਦੇ ਰਾਹੀਂ ਵੀ ਤੈਨੂੰ ਰੱਬ ਨੇੜੇ ਨਾ ਦਿਸੇ, ਜੇ ਗੁਰੂ ਸ਼ਬਦ ਨਾਲ ਜੁੜਨ ਤੋਂ ਬਾਅਦ ਵੀ ਤੂੰ ਕਿਸੇ ਸੱਤਵੇਂ ਅਸਮਾਨ ਤੇ ਸੱਚਖੰਡ ਢੂੰਡਦਾ ਰਹੇ ਤੇ ਆਖੇ ਮੇਰਾ ਰੱਬ ਉੱਥੇ ਵਸਦਾ ਹੈ, ਤਾਂ ਫਿਰ ਕੋਈ ਸਵਾਦ ਨਾ ਆਇਆ। ਇਹਦਾ ਮਤਲਬ ਤੂੰ ਸ਼ਬਦ ਨਾਲ ਨਹੀਂ ਆਉਣੀ ਲਗਾਇਆ। ਮੁੱਢਲੀ ਬਾਣੀ
ਸ਼ਬਦੀ ਸੰਗ੍ਰਹਿ ਜਿੰਦਾ ਨਾਂ ਜਪ ਹੈ। ਇਹ ਸਿੱਖ ਨੂੰ ਕਿਸੇ ਖੁਆਬੀ ਦੁਨੀਆਂ ਵਿੱਚ ਨਹੀਂ ਲਿਜਾਂਦੇ। ਆਰੰਭ ਤੋਂ ਹੀ ਕਰਮ ਨੂੰ ਹੁਕਮ ਵਿੱਚ ਲਿਆਉਣ ਦਾ ਮਸਲਾ ਆ ਗਿਆ। ਜੀਵਨ ਹੁਕਮ ਵਿੱਚ ਲਿਆ, ਆਰੰਭ ਦੇ ਸਵਾਲ ਦਾ ਇਹੀ ਮਸਲਾ ਸੀ ਕਿ ਸਚਿਆਰਾਂ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਤੇ ਜਵਾਬ ਸੀ ਹੁਕਮ ਰਜਾਹੀ ਚੱਲਣਾ। ਜੀਵਨ ਨੂੰ, ਜੀਵਨ ਦੇ ਚੱਲਣ ਨੂੰ, ਜੀਵਨ ਦੀ ਰਹਿਤ ਬਹਿਤ ਨੂੰ ਹੁਕਮ ਦੇ ਘੇਰੇ ਵਿੱਚ ਲਿਆ, ਤੇ ਜਦੋਂ ਹੁਕਮ ਦੇ ਘੇਰੇ ਵਿੱਚ ਲਿਆਏਗਾ ਹੁਕਮ ਹੀ ਨੇੜੇ ਆ ਜਾਏਗਾ। ਖੈਰ, ਮੈਂ ਅੱਜ ਦੇ ਟੌਪਿਕ ਦੇ ਨੇੜੇ ਜਾਣਾ ਚਾਹੁੰਦਾ। ਜਦੋਂ ਦੇ ਇਹ ਖੰਡਾਂ ਦਾ ਮਸਲਾ ਸ਼ੁਰੂ ਹੋਇਆ, ਪਹਿਲੇ ਖੰਡ ਤੋਂ ਹੀ ਇਹ ਮਸਲਾ ਆ ਗਿਆ ਕਿ ਧਰਮ ਦੀ ਲੋੜ ਕਿਉਂ ਹੈ, ਕਿਉਂਕਿ ਉੱਤਮ ਅਤੇ ਨੀਚ ਦੋ ਪੈਦਾ ਹੋ ਗਏ, ਇਹਨਾਂ ਦੀ ਪੜਚੋਲ ਜ਼ਰੂਰੀ ਹੈ। ਇਹ ਪੜਚੋਲਣ ਲਈ ਗਿਆਨ ਦੀ ਜ਼ਰੂਰਤ ਹੈ, ਇਸ ਲਈ ਗਿਆਨ ਖੰਡ ਨਾਲ ਜੁੜ ਗਿਆ ਹੈ। ਧਰਮ ਡਿਸਿਪਲਨ ਹੈ, ਗਿਆਨ ਪਛਾਣ ਹੈ। ਗਿਆਨ ਨੇ ਪਛਾਣ ਕੇ ਕੋਈ ਫੈਸਲਾ ਦੇਣਾ ਅਤੇ ਉਹ ਫੈਸਲਾ ਧਰਮ ਨੇ ਲਾਗੂ ਕਰਨਾ, ਇਸ ਲਈ ਗਿਆਨ ਖੰਡ ਅਤੇ ਧਰਮ ਖੰਡ ਦੋਵਾਂ ਨੇ ਮਿਲ ਕੇ ਇਹ ਨਿਰੀਖਣ ਕੀਤਾ ਕਿ ਧਰਮ ਕੀ ਹੈ, ਭਾਵ ਚੰਗਾ ਉੱਤਮ ਕਰਮ ਕਿਹੜਾ ਹੈ ਅਤੇ ਨੀਚ ਕਰਮ ਕਿਹੜਾ। ਉੱਤਮ ਸੇਦਰ ਉੱਤਮ ਕਹੀ ਹੈ, ਨੀਚ ਕਰਮ ਮੈਰੋ ਹੈ। ਜਦੋਂ ਗਿਆਨ ਖੰਡ ਅਤੇ ਧਰਮ ਖੰਡ ਨੇ ਫੈਸਲਾ ਕਰ ਲਿਆ, ਨਿਰੀਖਣ ਹੋ ਗਿਆ, ਪਛਾਣ ਹੋ ਗਈ ਕਿ ਇਹ ਸ਼ੁਭ ਕਰਮ ਹੈ, ਉੱਤਮ ਹੈ, ਉਦੋਂ ਇਹ ਫੈਸਲਾ ਸੁਣਾ ਦਿੱਤਾ ਵੀ ਜਿਹੜਾ ਉੱਤਮ ਹੈ ਨਾ, ਉਹ ਪ੍ਰਵਾਨ ਚੜ੍ਹਦਾ, ਉਹਦੇ 'ਤੇ ਮੋਹਰ ਲੱਗਦੀ ਹੈ, ਤਿੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਤੇ ਉਸੇ ਅਧੀਨ ਉਸੇ ਰੋਸ਼ਨੀ ਵਿੱਚ ਸਾਰਾ ਸੰਸਾਰ, ਸਾਰਾ ਬ੍ਰਹਿਮੰਡ, ਕੁਦਰਤ ਦਾ ਹਰ ਹਿੱਸਾ ਕੁਛ ਕਰ ਰਿਹਾ ਸਵੇਰ ਦੇ ਸਬਜੈਕਟ ਵਿੱਚ ਕੁਛ ਕਰ ਰਿਹਾ, ਗਿਆਨ ਵੇਖਦਾ ਹੈ ਕੁਛ ਕਰ ਰਿਹਾ, ਕੁਦਰਤ ਦਾ ਹਰ ਜ਼ਰਰਾ ਕੁਛ ਕਰ ਰਿਹਾ, ਕਿਉਂਕਿ ਕਰਨ ਵਿੱਚ ਕੋਈ ਤਾਂ ਫੈਸਲਾ ਹੋਣਾ, ਉੱਤਮ ਕੀ ਹੈ ਨੀਚ ਕੀ ਹੈ, ਕਰਮਾਂ ਉੱਪਰ ਨਿਬੜੇ, ਮੈਨੂੰ ਕਰਮਾਂ ਕਰਕੇ ਹੀ ਤਾਂ, ਕਿਉਂਕਿ ਕਰਮ ਜੀਵਨ ਨਾਲ ਸੰਬੰਧ ਰੱਖਦੇ ਨੇ, ਜੀਵਨ ਹੈ ਹੀ ਕਰਮ ਭੂਮੀ, ਕਹਤੀ ਆ ਕਰਮ ਭੂਮੀ, ਸਵੇਰੇ ਵੀ ਲਿਖਾਇਆ ਸਨ। ਇਸ ਲਈ ਬਾਣੀ ਨੂੰ ਆਪਣੇ ਜੀਵਨ ਦੀ ਕਰਮ ਭੂਮੀ ਤੋਂ ਦੂਰ ਲਿਜਾ ਕੇ ਕਿਸੇ ਖੁਆਬੀ ਦੁਨੀਆਂ ਦੀਆਂ ਗੱਲਾਂ ਨਹੀਂ ਸੋਚਣੀਆਂ, ਬਲਕਿ ਆਪਣੇ ਜੀਵਨ ਦੇ ਨੇੜੇ ਦੇਖਣਾ, ਇਸੇ ਦਾ ਸਵਾਲ ਕਰ ਰਹੀ ਬਾਣੀ। ਜੀਵਨ ਨੂੰ ਹੀ ਤਾਂ ਸੱਚਖੰਡ ਬਣਾ ਦੇਣਾ ਚਾਹੁੰਦੀ ਹੈ ਬਾਣੀ। ਹੁਣ ਇੱਥੇ ਮਸਲਾ ਆ ਗਿਆ, ਸਾਰਾ ਬ੍ਰਹਿਮੰਡ ਕੁਛ ਕਰ ਰਿਹਾ ਹੈ ਆਪਣੇ ਆਪਣੇ ਢੰਗ ਨਾਲ, ਤੇ ਮਨੁੱਖ ਨੂੰ ਕਿਉਂਕਿ ਧਰਮ ਦੀ ਪਛਾਣ ਨਹੀਂ, ਗਿਆਨ ਨਾ ਹੋਣ ਕਰਕੇ ਹੋਈ, ਇਸ ਦਾ ਨਤੀਜਾ ਕਰ ਇਹ ਵੀ ਰਿਹਾ ਹੈ, ਪਰ ਅਜੇ ਇਹਨੂੰ ਸਮਝਾਉਣ ਦੀ ਲੋੜ ਹੈ, ਅਜੇ ਇਹਨੂੰ ਸਮਝਾਉਣ ਦੀ ਲੋੜ ਹੈ, ਉੱਤਮ ਕੀ ਹੈ ਨੀਚ ਕੀ ਹੈ। ਇਹ ਕਈ ਵਾਰ ਧਰਮ ਸਮਝ ਕੇ, ਉੱਤਮ ਸਮਝ ਕੇ ਵੀ ਗਲਤ ਕੰਮ ਕਰੀ ਜਾਂਦਾ। ਸਵੇਰ ਦਾ ਇਹ ਮਸਲਾ ਸੀ, ਉੱਤਮ ਸਮਝ ਕੇ ਕਰੀ ਜਾਂਦਾ, ਅੰਨ ਨਾ ਖਾਇਆ ਸਾਧਗੋ ਆਇਆ, ਬਹੁਤ ਦੁੱਖ ਪਾਇਆ ਦੂਜਾ ਬਹਾਇਆ, ਬਸਤਰ ਨਾ ਪਹਿਰੇ ਐਨਸ ਕਹਿਰੇ, ਮੌਨ ਵਿਗੁੱਤਾ ਕਿਉਂ ਜਾਗੇ ਗੁਰਬਿਨ ਸੂਤਾ, ਪਗੋਂ ਪੇਤਾਣਾ ਆਪਣਾ ਕੀਆ ਕਮਾਣਾ, ਆਲਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧੇ ਅਗਿਆਨੀ। ਅਗਿਆਨੀ ਦਾ ਹੀ ਦੂਜਾ ਲਫ਼ਜ਼ ਹੈ ਨਾ,
ਮੂਰਖ ਅੰਧੇ ਪਤ ਗਵਾਈ ਵਿਨ ਨਾਵੇਂ ਕਿਛ ਥਾਏ ਨਾ ਰਹਿ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਅਗਿਆਨੀ ਨਾ ਜਾਣਨ ਵਾਲਾ ਕੀ ਅਗਿਆਨੀ ਹੁਣ ਮਨੁੱਖ ਗਿਆਨ ਵੀ ਹੁਣ ਹੋ ਕੇ ਧਰਮ ਦੀ ਪਛਾਣ ਉੱਤਮ ਤੇ ਨੀਚ ਦੀ ਪਛਾਣ ਨਾ ਕਰਨ ਕਰਕੇ ਕਰੀ ਮਨੁੱਖ ਵੀ ਜਾਂਦਾ ਸੰਸ ਜਿੱਥੇ ਬਾਕੀ ਬ੍ਰਹਿਮੰਡ ਕਰੀ ਜਾਂਦਾ ਇਹ ਕਰਮ ਧਰਤੀ ਹੈ ਉੱਥੇ ਮਨੁੱਖ ਵੀ ਕਰੀ ਜਾਂਦਾ ਪਰ ਸਵੇਰ ਦੇ ਲਫ਼ਜ਼ਾਂ ਇੱਕ ਮਨੁੱਖ ਹੈ ਜਿਹਦੇ ਕੋਲ ਪਛਾਣ ਨਹੀਂ ਹੋਈ ਇਹਨੂੰ ਅਜੇ ਤੱਕ ਅਸੀਂ ਧਰਮ ਪੜ੍ਹਾਈ ਜਾਂਦੇ ਹਾਂ ਪੜ੍ਹੀ ਜਾਂਦੇ ਹਾਂ ਮੈਂ ਅਰਜ਼ ਕੀਤੀ ਸੀ ਆ ਜਿੰਨਾ ਕੁਝ ਧਰਮ ਦੀ ਦੁਨੀਆਂ ਵਿੱਚ ਵਿਸਥਾਰ ਹੋਇਆ ਸਾਰਾ ਮਨੁੱਖ ਨੂੰ ਧਰਮ ਪੜ੍ਹਾਉਣ ਲਈ ਹੋਇਆ ਕਿਉਂਕਿ ਅਜੇ ਤੱਕ ਇਹ ਧਰਮ ਤੋਂ ਉੱਠ ਜਾਣਾ ਪਰ ਜਦੋਂ ਗਿਆਨ ਦੀ ਸ੍ਰਿਸ਼ਟੀ ਵਿੱਚ ਗਿਆਨ ਦੀ ਦੁਨੀਆਂ ਵਿੱਚ ਗਿਆਨ ਦੀ ਅਵਸਥਾ ਵਿੱਚ ਪਹੁੰਚਦਾ ਨਾ ਧਰਮ ਧਰਮ ਤੇ ਗਿਆਨ ਇਕੱਠੇ ਹੁੰਦੇ ਨੇ ਉਦੋਂ ਫਿਰ ਸਾਰੇ ਬ੍ਰਹਿਮੰਡ ਵਿੱਚੋਂ ਦੀ ਬਦਲੀ ਹੋਈ ਅਵਸਥਾ ਵਿੱਚ ਇੱਕ ਚੀਜ਼ ਉਹਦੇ ਸਾਹਮਣੇ ਆਉਂਦੀ ਉਹ ਕਹਿੰਦਾ ਗਿਆਨ ਦੀ ਦੁਨੀਆਂ ਵਿੱਚ ਧਰਮ ਤੇ ਗਿਆਨ ਦੀ ਦੁਨੀਆਂ ਵਿੱਚ ਜਦੋਂ ਕਰਮ ਪ੍ਰਵੇਸ਼ ਕਰੇਗਾ ਸੋਚ ਅਵਸਥਾ ਪ੍ਰਵੇਸ਼ ਕਰੇਗੀ ਉਦੋਂ ਨੂੰ ਹਰ ਆਵਾਜ਼ ਮੇਰੇ ਪ੍ਰਭੂ ਦੀ ਆਵਾਜ਼ ਹਰ ਸਰੂਪ ਮੇਰੇ ਪ੍ਰਭੂ ਦਾ ਸਰੂਪ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਹੁਣ ਇੱਕ ਖਿਆਲ ਕਰਿਓ ਫਰਕ ਕੀ ਪਿਆ ਅੱਗੇ ਕਿਸੇ ਦੀ ਆਵਾਜ਼ ਆਉਂਦੀ ਸੀ ਤੇ ਮਨੁੱਖ ਪਛਾਣਦਾ ਸੀ ਇਹ ਮੇਰੇ ਦੋਸਤ ਦੀ ਹੈ ਜਾਂ ਦੁਸ਼ਮਣ ਦੀ ਹੈ ਮੇਰੇ ਹੱਕ ਵਿੱਚ ਹੈ ਜਾਂ ਮੇਰੇ ਵਿਰੋਧ ਵਿੱਚ ਹੈ ਜਦੋਂ ਵਿਰੋਧ ਵਿੱਚ ਹੁੰਦੀ ਸੀ ਦੁਖੀ ਹੁੰਦਾ ਸੀ ਆਨੰਦ ਟੁੱਟ ਜਾਂਦਾ ਸੀ ਹੋ ਜਾਂਦਾ ਸੀ ਸ਼ਕਲ ਪਛਾਣਦਾ ਸੀ ਮੇਰੇ ਆਪਣੇ ਦੀ ਹੈ ਕਿ ਬੇਗਾਨੇ ਦੀ ਹੈ ਜਦੋਂ ਆਪਣਾ ਕੋਈ ਮਿਲਦਾ ਸੀ ਬੜਾ ਪ੍ਰਸੰਨ ਹੁੰਦਾ ਸੀ ਘੁੱਟ ਘੁੱਟ ਗਲਵੱਕੜੀਆਂ ਪਾਉਂਦਾ ਸੀ ਤੇ ਜਦੋਂ ਕੋਈ ਬੇਗਾਨਾ ਵਿਰੋਧੀ ਸਾਹਮਣੇ ਆ ਜਾਂਦਾ ਸੀ ਆਨੰਦ ਟੁੱਟ ਜਾਂਦਾ ਸੀ ਹੁਣ ਗਿਆਨ ਦੀ ਅਵਸਥਾ ਆ ਗਈ ਧਰਮ ਤੇ ਗਿਆਨ ਇਕੱਠੇ ਹੋ ਗਏ ਹੁਣ ਧਰਮ ਤੇ ਗਿਆਨ ਨੇ ਮਿਲ ਕੇ ਇੱਕ ਅਵਸਥਾ ਕਾਇਮ ਕੀਤੀ ਉਹਦੇ ਵਿੱਚ ਗਿਆਨ ਪ੍ਰਚੰਡ ਹੋਇਆ ਭਾਵ ਬਲਿਆ ਸ੍ਰੀ ਆਸਾ ਦੀ ਵਾਰ ਅੰਦਰ ਵੀ ਲਫ਼ਜ਼ ਆਏ ਸਨ ਗਿਆਨ ਅੰਜਨ ਗੁਰ ਦਿਆ ਪੌੜੀ ਤੁਰ ਕਰਮ ਜਿਨ੍ਹਾਂ ਕੋ ਤੁਧ ਪਾ ਤਾਂ ਤਿੰਨੀ ਖਸਮ ਧਿਆ ਕਹਿਣ ਲੱਗੇ ਉਸ ਗੁਰੂ ਦੇ ਮਿਲਾਪ ਨਾਲ ਜਿਹੜਾ ਖਸਮ ਨੂੰ ਧਿਆਉਣਾ ਸੀ ਅਤੇ ਬਿਨਾਂ ਗੁਰੂ ਦੇ ਮਿਲਾਪ ਦੇ ਖਸਮ ਨੂੰ ਧਿਆਉਣਾ ਸੀ ਉਹਦੇ ਵਿੱਚ ਅੰਤਰ ਸੀ ਕਹਿਣ ਲੱਗੇ ਪੌੜੀ ਸਤਿਗੁਰ ਵਿੱਟੋਂ ਵਾਰਿਆ ਜਿੱਤ ਮਿਲੇ ਖਸਮ ਸੰਭਾਲਿਆ ਅਤੇ ਆਇਆ ਪਰ ਗੁਰੂ ਨੂੰ ਮਿਲ ਕੇ ਸ਼ਬਦ ਰਾਹੀਂ ਸ਼ਬਦ ਦੀ ਅਗਵਾਈ ਵਿੱਚ ਜਿੱਤ ਮਿਲੇ ਖਸਮ ਸੰਭਾਲਿਆ ਅਤੇ ਹੋਇਆ ਕਿ ਜਿਨ ਕਰ ਉਪਦੇਸ਼ ਗਿਆਨ ਅੰਜਣ ਦੇ ਇੱਥੇ ਗਿਆਨ ਪ੍ਰਚੰਡ ਹੋਇਆ ਤੇ ਜਦੋਂ ਗਿਆਨ ਪ੍ਰਚੰਡ ਹੋਇਆ ਉਦੋਂ ਕੀ ਹੋਇਆ ਤਿੱਥੇ ਨਾਦ ਵਿਨੋਦ ਕੋਡ ਆਨੰਦ ਹੁਣ ਜੇ ਕਿਸੇ ਦੀ ਕੋਈ ਵੀ ਆਵਾਜ਼ ਕੰਨੀ ਪੈਂਦੀ ਹੈ ਨਾ ਉਹ ਕਹਿੰਦਾ ਮੇਰਾ ਰੱਬ ਪਿਆ ਬੋਲਦਾ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਜੋ ਕੋਈ ਦਿਸਦਾ ਹੈ ਨਾ ਉਹ ਵੀ ਉਹਨੂੰ ਨਜ਼ਰ ਆਉਂਦਾ ਮੇਰਾ ਰੱਬ ਮੇਰਾ ਪ੍ਰਭੂ ਪਿਆ ਦਿਸਦਾ ਹੁਣ ਜਿਹਨੂੰ ਰੋਜ਼ ਦਿਨ ਰਾਤ ਹਰ ਵਕਤ ਪ੍ਰਭੂ ਸੁਣ ਰਿਹਾ ਹੋਵੇ ਪ੍ਰਭੂ ਦੇਖ ਰਿਹਾ ਹੋਵੇ ਭਲਾ ਉਹ ਆਨੰਦ ਹੋਵੇਗਾ ਕਿ ਦੁਖੀ ਹੋਵੇਗਾ ਜੀਵਨ ਵਿੱਚ ਆਨੰਦ ਹੀ ਆਨੰਦ ਹੋ ਗਿਆ ਆਪਣੀ ਜ਼ਬਾਨ ਨੂੰ ਬਾਬਾ ਕਬੀਰ ਨੇ ਆਖਿਆ ਕਹਿਣ ਲੱਗੇ ਦੋਏ ਦੋਏ ਲੋਚਨ ਪੇਖਾ
दोए दोए लोचन पेखा हौ हार बिन अवर ना देखा नैन रहे रंग लाई अब बेगल कहने ना जाई हमारा परम गया हमारा परम गया ज्ञान खंड में ज्ञान प्रचंड तिथे नाद विनोद कोड आनंद एक अवस्था बन हूं एक ख्याल करियो ज्ञान प्रचंड ने ते धर्म दे निजमावली ने डिसिप्लिन ने एक फैसला कर लिया भी आ कर्म उत्तम ने ते उत्तम कर्म जेड़े ने ओ प्रभु दे दर ते पछाण बनदे ने उन्हां ते मोर लगदी है प्रवान चढ़दे ने इसलिए संसार नू बिरति नू अवस्था नू कढ़ना है कर्म नू कढ़ना है ते उत्तम कर्म नू कढ़ना है कढ़न तो पहला शर्म दी लोड़ सी लो ऐथे रोना जाना ये ख्याल करियो शर्म ही कर्म बनता है कर्म दी पहली अवस्था शर्म है शर्म कहंदे ने उद्दम नू कर्म बाहर दिसदा शर्म अंदर जन्म लैंदा पहला अंदर एक उद्दम पैदा हुंदा अंदर ही वो अपना एक रूप चित्र लैंदा आपां अंदर एक फैसला करिए उद्दम करिए कि आज फलाने गुरुद्वारे जाना है फलानी थां ते पहुंचना तुसी वेखोगे नाल ही अंदर एक रस्ते का चित्रण शुरू हो जाएगा एक मैप बनना एक नक्शा बनना शुरू हो जाएगा अंदरले उद्दम ने कोई रूप चित्रिया जो भी संसार अंदर रूप मान होया पहला अंदरले उद्दम विच चित्रिया गया मैं एग्जाम्पल वजो हड बीती भी एक कह देना चाहना मेरे दोस्त एक अमेरिका बोस्टन शहर विच कोली सब करके कहंदे ने स्किन डॉक्टर ने बड़े सियाने उन्होंने घर ठहरे एक बार गल चल पई रात नू दो दो बजे तक तीन तीन बजे तक जागन एक दिन सवेरे गल चल पई कहन लगे सिंह साहब मेरे लिए एक जिम्मेवारी जिस किसी का कोई अंग कटिया होया आ जाता है खास करके जे फेस का अंग हो मसलन किसी का नक् कटिया हुआ किसी हादसे में किसी एक्सीडेंट में नक् कटिया गया मैं एग्जाम्पल दे रहा तो असी उनकी थान पर दूजा नक् लाना स्किन स्पेशलिस्ट है आखिर सानू डिजाइन करना पैंदा है कि इस चेहरे पर क्यों जहा नक् सोहना लगेगा आखिर रूप तो चित्र नहीं है उनके फेस नाल बनता जुड़ता ना होनू कुरूप कर दे चेहरे उनके दी बिना नक् तो चेहरे की फोटो खिंच ली दी ते जिस दिन दूजे दिन ऑपरेशन करना हो मैनू कई बार सारी सारी रात जाग के मन विच पहला कई तरह के नक्शे चित्रने पैंदे ने इस तरह का नक् होएगा तो यह जहा चेहरा लगेगा यह जहा होएगा तो यह जहा चेहरा लगेगा मैं फैसला करना ही मुश्किल हो जाता है भी क्यों जे नक् का रूप दें शकल दें चित्रण करा कि उनका चेहरा खूबसूरत हो जाए लो मैं सारी सारी रात इस जागना पैदा मेरी हड बीती नाम भी इसलिए शहर का नाम भी दसिया एक ख्याल करियो जेड़ा अंदरला उद्दम है वह भी कुछ चित्रदा है अजे बाहर रूपमान नहीं होया अंदर कोई उद्दम पैदा हो गया फैसला कर दिया मैं कल ऑपरेशन करना है कुछ बनाना है ते होंदे इन्दे
ਬਣਾਉਣ ਲਈ ਕਿਹੋ ਜਿਹੇ ਰੰਗ ਚਾਹੀਦੇ ਨੇ, ਕਿਹੋ ਜਿਹਾ ਮਟੀਰੀਅਲ ਚਾਹੀਦਾ, ਕਿਹੋ ਜਿਹਾ ਡਿਜ਼ਾਈਨ ਚਾਹੀਦਾ, ਉਹ ਸਾਰੀਆਂ ਚੀਜ਼ਾਂ ਅੰਦਰਲੇ ਉੱਦਮ ਨੇ ਚਿਤਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਉਹ ਸ਼ਰਮ ਵਿੱਚੋਂ ਸ਼ੁਰੂ ਹੋਇਆ, ਸ਼ਰਮ ਕਹਿੰਦੇ ਨੇ ਉੱਦਮ ਨੂੰ, ਉਹਦੇ ਵਿੱਚੋਂ ਕਰਮ ਨੇ ਜਨਮ ਲੈਣਾ। ਹੁਣ ਗਿਆਨ ਨੇ ਤੇ ਧਰਮ ਨੇ ਜਦੋਂ ਮਿਲ ਕੇ ਇਹ ਫੈਸਲਾ ਕਰ ਲਿਆ, ਗਿਆਨ ਖੰਡ ਧਰਮ ਖੰਡ ਵਿੱਚ ਜਾ ਕੇ ਤੇ ਉੱਤਮ ਕਰਮ ਚਿਤਰਨੇ ਨੇ, ਕਿਉਂਕਿ ਗੱਲ ਕਰਮਾ ਤੋਂ ਕਰਮੀ ਕਰਮੀ ਹੋ ਵਿਚਾਰਦੀ ਹੈ। ਮੇਨ ਜਿਹੜਾ ਮਕਸਦ ਚੱਲ ਰਿਹਾ ਇਹ ਚੱਲ ਰਿਹਾ, ਕਿਉਂਕਿ ਜੀਵਨ ਕਰਮ ਸੰਗ੍ਰਹਿ ਹੈ, ਜੀਵਨ ਦੇ ਨੇੜੇ ਰੱਬ ਕਿਵੇਂ ਲਿਆਉਣਾ ਹੈ। ਕਿਸੇ ਆਸਮਾਨੀ ਬਾਦਸ਼ਾਹ ਵਿੱਚ ਰੱਬ ਨੂੰ ਨਹੀਂ ਵੱਖਰਾ ਨਹੀਂ ਛੱਡਣਾ, ਉਹ ਪ੍ਰਭੂ ਤੇਰੇ ਅੰਦਰ ਕਿਵੇਂ ਕਿਵੇਂ ਬਿਠਾ ਦੇ, ਇਹ ਮੇਰੇ ਗੁਰੂ ਦੀ ਜ਼ਿੰਮੇਵਾਰੀ। ਗੁਰੂ ਨੇ ਇਹ ਫੈਸਲਾ ਕੀਤਾ ਕਿ ਗਿਆਨ ਖੰਡ ਅਤੇ ਧਰਮ ਖੰਡ ਨੇ ਮਿਲ ਕੇ ਇਹ ਫੈਸਲਾ ਕਰ ਲਿਆ ਕਿ ਉੱਤਮ ਕਰਮ ਜਿਹੜੇ ਨੇ ਉਹ ਰੱਬ ਦੀ ਪਹੁੰਚ ਦੇ ਪ੍ਰਤੀਕ ਨੇ। ਹੁਣ ਮੈਂ ਉੱਤਮ ਕਰਮ ਰੂਪਮਾਨ ਕਰਨੇ, ਤੇ ਉਸ ਉੱਤਮ ਕਰਮ ਰੂਪਮਾਨ ਕਰਨ ਲਈ ਕਿਹੜੇ ਕਿਹੜੇ ਮਟੀਰੀਅਲ ਦੀ ਲੋੜ ਹੈ, ਕਿਸ ਕਿਸਮ ਦੇ ਡਿਜ਼ਾਈਨ ਦੀ ਲੋੜ ਹੈ, ਉਹ ਪਹਿਲਾਂ ਅੰਦਰਲੇ ਸ਼ਰਮ ਖੰਡ ਨੇ ਚਿਤਰਨੇ ਸ਼ੁਰੂ ਕਰ ਦਿੱਤੇ ਨੇ, ਉਹਨੇ ਵੀ ਰੂਪਮਾਨ ਕਰਨੇ ਸ਼ੁਰੂ ਕਰ ਦਿੱਤੇ ਨੇ। ਔਰ ਸ਼ਰਮ ਖੰਡ ਦੀ ਜਿਹੜੀ ਰੂਪਮਾਨ ਕਰਨ ਦੀ ਜਿਹੜੀ ਪਹਿਲੀ ਮਰਿਆਦਾ ਉੱਦਮ ਦੀ ਹੈ ਨਾ, ਉਹ ਬੜੀ ਖੂਬਸੂਰਤ ਗੁਰੂ ਕਹਿੰਦੇ ਨੇ, ਬੜੀ ਅਜੀਬ ਹੈ, ਕਿਉਂਕਿ ਬਾਹਰਲੀਆਂ ਚੀਜ਼ਾਂ ਤਾਂ ਦਿਸਦੀਆਂ ਨੇ, ਤੁਸੀਂ ਉਹਦਾ ਡਿਜ਼ਾਇਨ ਉਹਦੀ ਤਰਤੀਬ ਉਵੇਂ ਦੇ ਲਓਗੇ, ਅੰਦਰਲੀ ਜਿਹੜੀ ਚੀਜ਼ ਦਿਸਦੀ ਨਹੀਂ ਉਹਨੂੰ ਤਰਤੀਬ ਦੇਣਾ ਅਤੇ ਰੂਪਮਾਨ ਕਰਨਾ ਹੋਰ ਔਖਾ ਹੈ। ਜਿਵੇਂ ਮੈਂ ਪਹਿਲੇ ਅਰਜ਼ ਕੀਤੀ ਸੀ, ਬਾਹਰੋਂ ਕੋਈ ਕਿਸੇ ਦਾ ਚਿਹਰਾ ਵਾਹ ਰਿਹਾ ਹੋਵੇ, ਡਿਜ਼ਾਇਨ ਕਰ ਰਿਹਾ ਹੋਵੇ, ਪੇਂਟਿੰਗ ਕਰ ਰਿਹਾ ਹੋਵੇ, ਉਹ ਇੱਕ ਵਾਰ ਉਹਨੂੰ ਨੱਕ ਚੰਗਾ ਨਾ ਲੱਗੇ ਉਹ ਮਿਟਾ ਕੇ ਫਿਰ ਬਣਾਉਣਾ ਸ਼ੁਰੂ ਕਰ ਦੇਗਾ। ਪਰ ਜਿਹੜਾ ਆਪਣੇ ਅੰਦਰ ਚਿੱਤਰ ਰਿਹਾ ਉਹਦੇ ਲਈ ਕਿਹੜੀ ਮੁਸ਼ਕਲ ਆ ਰਹੀ ਹੈ। ਤਾਂ ਸ਼ਰਮ ਹੈ ਕਰਮ ਦੀ ਅੰਦਰਲੀ ਕਿਰਿਆ, ਕਰਮ ਸ਼ੁਰੂ ਹੋਣ ਤੋਂ ਪਹਿਲਾਂ ਦਾ ਹਿੱਸਾ। ਮੈਂ ਇੱਕ ਹੋਰ ਐਗਜ਼ਾਮਪਲ ਦਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪਿਛਲੇ ਦਿਹਾੜਿਆਂ ਵਿੱਚ ਇੱਕ ਸ਼ਬਦ ਆਇਆ ਸੀ, ਗੁਰੂ ਕਹਿੰਦੇ ਨੇ ਖਿਆਲ ਕਰਿਓ, ਗਿਆਨ ਖੰਡ ਨੇ ਧਰਮ ਖੰਡ ਨੇ ਜਦੋਂ ਸਭ ਤੋਂ ਨੇੜੇ ਪ੍ਰਭੂ ਦੇ ਪਹੁੰਚਾਉਣ ਲਈ, ਸੱਚ ਖੰਡ ਦੇ ਨੇੜੇ ਪਹੁੰਚਾਉਣ ਲਈ, ਦਰਵਾਜ਼ੇ 'ਤੇ ਪਹੁੰਚਾਉਣ ਲਈ, ਪੌੜੀਆਂ ਚੜ੍ਹਦਿਆਂ ਚੜ੍ਹਦਿਆਂ ਦਰਵਾਜ਼ੇ 'ਤੇ ਪਹੁੰਚਾਉਣ ਲਈ ਫੈਸਲਾ ਕੀਤਾ, ਉਹਨੇ ਪਹਿਲਾਂ ਉੱਦਮ ਧਾਰਨ ਕੀਤਾ। ਅਤੇ ਉਸ ਉੱਦਮ ਵਿੱਚ ਜਿਹੜੀ ਚੀਜ਼, ਜਿਹੜਾ ਮਟੀਰੀਅਲ, ਜਿਹੜਾ ਡਿਜ਼ਾਈਨ ਬਣਿਆ ਉਹ ਬੜਾ ਅਜੀਬ ਸੀ, ਉਹਦੇ ਵਿੱਚ ਜੋ ਸਾਜਨਾ ਹੋਈ, ਜਿਹੜਾ ਚਿਤਰਨ ਹੋਇਆ ਉਹ ਬੜੀ ਅਜੀਬ ਸੀ। ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਕਾੜਤ ਘੜੀ ਹੈ, ਬਹੁਤ ਅਨੂਪ ਤਿੱਥੇ ਕਾੜਤ ਘੜੀ ਹੈ। ਉੱਥੋਂ ਦਾ ਚਿਤਰਨ ਬੜਾ ਅਜੀਬ ਕਿਸਮ ਦਾ ਅਨੋਖਾ ਸੀ, ਅਨੂਪਮ ਸੀ, ਜਿਹੜਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ, ਬੜਾ ਔਖਾ ਸੀ। ਔਰ ਅਜੀਬ ਘਟਨਾ ਇਹ ਸੀ, ਜੋ ਕੁਝ ਅੰਦਰ ਚਿਤਰਿਆ ਜਾਣਾ ਸੀ ਉਹ ਹੀ ਬਾਹਰ ਆਉਣਾ ਸੀ, ਜੋ ਕੁਝ ਅੰਦਰ ਚਿਤਰਿਆ ਜਾਣਾ ਨਾ ਉਸੇ ਨੇ ਬਾਹਰ ਆਉਣਾ, ਸ਼ਰਮ ਨੇ ਹੀ ਕਰਮ ਬਣਨਾ। ਇਸ ਲਈ ਉੱਥੇ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ। ਗੁਰੂ ਕਹਿਣ ਲਈ ਉੱਦਮ ਨੇ ਅੰਦਰਲਾ ਜਿਹੜਾ ਚਿਤਰਨ ਕੀਤਾ ਕਰਮ ਦਾ, ਉਹਦੇ ਲਈ ਉਹਨੇ ਸੋਚਿਆ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਸੋਧਣ ਦੀ, ਚਿਤਰਨ ਦੀ ਅਤੇ ਸਵਾਰਨ ਦੀ ਲੋੜ ਹੈ। ਕਹਿਣ ਲੱਗੇ, ਤਿੱਥੇ ਘੜੀ ਹੈ, ਤਿੱਥੇ ਘੜੀ ਹੈ, ਸੁਰਤ ਮਤ ਮਨ ਬੁੱਧ। ਕਹਿਣ ਲੱਗੇ, ਇਹ ਚਿਤਰਨ ਕੋਈ ਸੌਖਾ ਹੈ? ਤਿੱਥੇ ਘੜ ਘੜੀ ਹੈ, ਬਹੁਤ ਅਨੂਪ, ਬੜੀ ਔਖੀ ਹੈ, ਇਹਨੂੰ ਸਵਾਰਨ ਦੀ, ਸੁਰਤ ਮਤ ਅਤੇ ਬੁੱਧ ਨੂੰ ਘੜਨ ਦੀ ਜਿਹੜੀ ਗੱਲ ਹੈ ਨਾ, ਦੁਨੀਆਂ ਦੇ ਲੋਕ ਐਵੇਂ ਜ਼ਬਾਨੀ ਜ਼ਬਾਨੀ ਨਾ ਕਰਿਓ ਤਾਂ ਕਿ ਇਹ ਗੱਲਾਂ ਕਥੀਆਂ ਨਾ ਜਾਏ, ਇਸ ਘੜ ਦੀਆਂ ਗੱਲਾਂ ਗੱਲਾਂ ਨਾਲ ਨਹੀਂ ਪੂਰੀਆਂ ਹੋਣੀਆਂ, ਜਿਹੜਾ ਸੁਰਤ ਮਤ ਅਤੇ ਮਨ ਬੁੱਧ ਨੂੰ ਘੜ ਲੈ, ਇਹ ਗੱਲਾਂ ਨਾਲ ਨਹੀਂ ਗੱਲ ਬਣਨੀ,
जे कोई कोशिश करे ना इंदा चित्रण गल्लां नाल कर लवां पछताएगा, उन्हूं पता है कम सौखा नहीं। जे को कहे पिछे पछताए तिथे घड़ी है, तिथे घड़ी है सुरत मत मन बुद्ध। ये हम चार चीजां दा नाम आ गया, पर चारों चीजां एक सूक्ष्म भेद विच ने, थोड़े थोड़े अंतर विच ने। जिवें मैं अर्ज कीती सी पौड़ियां ने, सुरत मत बुद्ध ये तीनों चीज़ां वक्रियां ने, मन जिहड़ा है वह इन्हां दे विच्चों जन्म लैण वाले फुरनियां दा संग्रह एक बर्तन है, ते बर्तन जिहड़ा वह वस्तु की लोड़ ते आधारित बनता है, उन्दे ते निर्भर हुंदा है, बाद विच बनता है, बाद विच बनता है। कोई केड़ा वड्डा हार बनाया है उन्हें, तो उस हिसाब नाल उनका बक्सा बनना है, पहला जरूरी फिर बक्सा, क्योंकि उनके आधार से। मैं एक बार कीती सी तीनों चीजा, सुरत जिहड़ी है वह मेरा रब दिंदा है, सुरत भी होना कोई ना की गुरु ने बाणी विचार दिता। कोई जीव ऐसा नहीं जिंदे कोल सुरत ना होवे, किसे कोल सुरत दा छोटा दायरा है, किसे कोल वड्डा है, किसे कोल सुरत दी थोड़ी मिकदार है, किसे कोल ज्यादा मिकदार है। पर सुरत वे होना कोई ना की कोई नहीं बनाया, जिन्हें सुरत ना दिती हो, जिन्हें सुरत नहीं दिती उन्हें कुछ भी नहीं दिता। मैं एक बार कीती सी सारे जीवन की पूरी कहानी उत्थे रुक जाती है जिथे सुरत चली जाए। कोई मनुख बेसुरत हो जाए, जिन्हों आप कहने बेहोश हो गया, अनकॉन्शियस हो गया, बेसुरत हो जाए, बस ना बोल सकता, ना चल सकता, ना पढ़ सकता, ना पढ़ा सकता, ना गल कर सकता, ना सुन सकता, ना खा सकता, ना पहन सकता, ना चंगा बन सकता, ना मंदा बन, सारा कुछ ही उत्थे रुक गया जिथे सुरत चली गई। सुरत दी अत जरूरत है, जिन कीता बेसुरत ते सुरत बहुत जरूरी है, बड़ा कीमती ते बड़ा जरूरतमंद टूल है, इन्दे बिना कुछ भी नहीं चलता। जिथे सुरत खलो जाए रुक जाए उत्थे मनुख दा सारा जिहड़ा डिवेलपमेंट ने सारी जिहड़ी अग्गे वधना उत्थे रुक जांदा। ते मेरे रब ने हर किसे नूं सुरत दे दित्ती है, जिहनूं आपां कहिंदे चेतना। हुण सुरत जिहड़ी है बिल्कुल सखणी रह जाए जे इहनूं किसे दी मत ना होवे। लो इत्थे फिर रुकना चाहुंदा, सुरत जिहड़ी है बिल्कुल सखणी रह जाए, चेतना ते है। मैं एक बार कीती सी चेतना है हर जीव कोल है, पर किसी बच्चे नूं जन्म तो बाद किसी भोरे विच बेसमेंट विच बंद कर दिओ, किसी दी सिक्ख्या उहदे कन्नां विच ना पवे, कोई उहनूं मत ना दे, कोई गल उह जीवन विच सुने ना, ते 20 साल बाद उहनूं बाहर कढो, देखोगे उहदी सुरत किसे कम ने, ना कुछ समझ सकदा, ना कुछ बोल सकदा, ना खा सकदा, उन्हें किसी ने रसिया ही नहीं खाई दा किवें। सुरत है पर सुरत निरारत हो गई, इसलिए सुरत नूं अगला स्टेप मत दी लोड़ है, वो संसार विच आके मिलती है। सुरत मेरा रब दिंदा है, मत इस संसार विच आके मिलती है। इसलिए गुरु ने आख दिता, कहन लगे भलिया तेनू मत ते लोड़ पैनी ही पैनी है, सुरत किसे काम नहीं रहनी जे तू मत ना लवेंगा, तो फिर जे मत लैनी लैनी तो एक गल याद कर, गुर की मत तू ले आने, जे मत लैनी लैनी है, मत बिना सुरत निरारत हो जानी है,
ਗੁਰ ਕੀ ਮਤ ਤੂੰ ਲੈ ਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਸਤਿਗੁਰ ਕੀ ਜਿਸਨੂੰ ਮਤ ਆਵੇ ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨ ਜੇ ਚੋਰ ਦੀ ਮਤ ਆਵੇ ਤੇ ਚੋਰ ਬਣ ਜਾਂਦਾ ਜੇ ਡਾਕੂ ਦੀ ਮਤ ਆਵੇ ਡਾਕੂ ਬਣ ਜਾਂਦਾ ਤੇ ਜੇ ਗੁਰੂ ਦੀ ਮਤ ਕੰਪਲੀਟਲੀ ਅੰਦਰ ਧਾਰਨ ਕਰ ਲਏ ਤੇ ਉਹ ਗੁਰੂ ਵੀ ਬਣ ਜਾਂਦਾ ਉਹ ਗੁਰੂ ਨੂੰ ਆਖਣਾ ਪੈਂਦਾ ਗੁਰੂ ਸਿੱਖ ਸਿੱਖ ਗੁਰੂ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਕਿਉਂਕਿ ਮਤ ਆ ਗਈ ਇਸ ਲਈ ਸੁਰਤ ਤੋਂ ਅਗਲਾ ਸਟੈਪ ਹੈ ਮਤ ਤੇ ਉਸ ਮਤ ਦੇ ਆਧਾਰ ਤੇ ਮਿਲੀ ਹੋਈ ਮਤ ਦੇ ਆਧਾਰ ਤੇ ਹੀ ਮਨੁੱਖ ਦਾ ਜੀਵਨ ਬਿਰਤਾਂਤ ਹੁੰਦਾ ਉਹਨੂੰ ਆਪਾਂ ਕਹਿ ਦਿੰਦੇ ਹਾਂ ਮਤਾ ਫੈਸਲਾ ਵਿਚਾਰਧਾਰਾ ਤੇ ਜਦੋਂ ਉਹ ਮਤ ਅੰਦਰ ਆਉਂਦੀ ਹੈ ਨਾ ਉਸ ਮਤ ਨਾਲ ਜਿਹੜੀ ਚੀਜ਼ ਬਣਦੀ ਹੈ ਉਹਨੂੰ ਅਸੀਂ ਆਖਦੇ ਹਾਂ ਬੁੱਧੀ ਸੰਗ੍ਰਹਿ ਜਿਹੜਾ ਬਣਦਾ ਕਿਸੇ ਦੀ ਮਤ ਤੋਂ ਜਿਹਦੀ ਵੀ ਮਤ ਲਏਗਾ ਉਹਦੇ ਤੋਂ ਬੁੱਧੀ ਜਨਮ ਬੁੱਧ ਜਨਮ ਲਏਗਾ ਬੁੱਧ ਜਨਮ ਲਏ ਕਈ ਵਾਰ ਮਨੁੱਖ ਐਸੇ ਮਤ ਲੈ ਲੈਂਦਾ ਕਿ ਐਸੀ ਬੁੱਧੀ ਦਾ ਜਨਮ ਹੁੰਦਾ ਜਿਹੜੀ ਗੁਰੂ ਨੂੰ ਪ੍ਰਵਾਨ ਨਹੀਂ ਹੁੰਦੀ ਰੱਬ ਨੂੰ ਵੀ ਪ੍ਰਵਾਨ ਨਹੀਂ ਹੁੰਦੀ ਤੇ ਗੁਰੂ ਰਹਿਮਤ ਕਰਦਾ ਕਈ ਵਾਰ ਐਸਾ ਸਮਾਂ ਆਉਂਦਾ ਉਹ ਬੁੱਧ ਬਦਲ ਦਿੰਦਾ ਲੋ ਗੁਰੂ ਦਾ ਕੰਮ ਹੀ ਬੁੱਧ ਬਦਲਣਾ ਜੀ ਬੁੱਧ ਬਦਲ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਕਹਿ ਕਬੀਰ ਬੁੱਧ ਹਰ ਲਈ ਮੇਰੀ ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਬੁੱਧ ਬਦਲਦੀ ਹੁਣ ਇਹ ਤਿੰਨੋਂ ਚੀਜ਼ਾਂ ਸੁਰਤ ਤੋਂ ਸ਼ੁਰੂ ਹੋ ਕੇ ਬੁੱਧ ਤੱਕ ਗਈਆਂ ਨੇ ਸੁਰਤ ਮਤ ਬੁੱਧ ਹੁਣ ਇਹਨਾਂ ਵਿੱਚੋਂ ਜਿਹੜੀ ਵਿਚਾਰਧਾਰਾ ਜਿਸ ਕਿਸਮ ਦੀ ਬੁੱਧੀ ਬਣੇਗੀ ਮਤ ਬਣੇਗੀ ਜਿਹੜੀ ਵਿਚਾਰਧਾਰਾ ਉਹਦਾ ਸੰਗ੍ਰਹਿ ਕੀ ਹੈ ਉਹਦਾ ਖਜ਼ਾਨਾ ਕਿੱਥੇ ਟਿਕਦਾ ਹੈ ਉਹਦਾ ਬਰਤਨ ਕਿਹੜਾ ਹੈ ਉਹਦਾ ਬਾਕਸ ਕਿਹੜਾ ਹੈ ਉਹ ਹੈ ਮਨ ਉਹਨੂੰ ਮਨ ਆਖਦੇ ਉਹ ਲੈਂਦਾ ਬੁੱਧੀ ਵਿੱਚੋਂ ਜਨਮ ਕਿਉਂਕਿ ਬੁੱਧੀ ਦੇ ਅਨੁਸਾਰ ਹੀ ਬਕਸਾ ਬਣਨਾ ਇਸੇ ਲਈ ਮਤ ਵਿੱਚੋਂ ਬੁੱਧੀ ਵਿੱਚੋਂ ਮਨ ਜਨਮ ਲੈਂਦਾ ਜੇ ਉਹਦੀ ਮਨੁੱਖ ਦੀ ਮਤ ਬੁੱਧ ਹੁੰਦੀ ਹੈ ਨਾ ਮਨ ਉਹੋ ਜਿਹਾ ਹੀ ਹੁੰਦਾ ਹੈ ਜੇ ਉਹਦੀ ਮਾਂ ਨੇ ਜਨਮ ਦੇਣਾ ਉਹਦਾ ਹੀ ਬਣਨਾ ਮੈਂ ਇੱਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇੱਕ ਸ਼ਬਦ ਸਾਂਝਾ ਕੀਤਾ ਸੀ ਮੈਂ ਚਾਹੁੰਦਾ ਅੱਜ ਆਪਾਂ ਇਸ ਟੋਪਿਕ 'ਤੇ ਜੇ 5 ਮਿੰਟ ਜ਼ਿਆਦਾ ਵੀ ਲੱਗ ਜਾਣ ਤਾਂ ਮਹਿਸੂਸ ਨਾ ਕਰੇਗਾ ਸ਼ਬਦ ਸਾਂਝਾ ਕੀਤਾ ਸੀ ਗੁਰੂ ਨੇ ਆਖਿਆ ਮਾਤਾ ਮਤ ਪਿਤਾ ਸੰਤੋਖ ਮਨ ਦਾ ਜਨਮ ਕਿਵੇਂ ਹੋਇਆ ਜਿਹੜਾ ਉੱਤਮ ਮਨ ਹੈ ਜਿਹੜੀ ਮਤ ਬੁੱਧ ਸੁਰਤ ਤੇਰੀ ਹੈ ਉਹਦੇ ਵਿੱਚੋਂ ਜਿਸ ਮਨ ਨੇ ਜਨਮ ਲਿਆ ਉਹ ਕਿਵੇਂ ਲਿਆ ਮਾਤਾ ਮਤ ਪਿਤਾ ਸੰਤੋਖ ਸੱਤ ਭਾਈ ਸੱਚ ਉਹਦੀ ਸ਼ਕਤੀ ਭਰਾ ਬਾਜ਼ੂ ਬਾਹਾਂ ਨੇ ਇਸ ਲਈ ਉਹ ਜਿਹਦੇ ਕੋਲ ਸੱਚ ਹੈ ਕਿਸੇ ਕੋਲ ਡਰਦਾ ਨਹੀਂ ਉਹਦੇ ਚਾਰ ਭਰਾ ਨਾਲ ਨੇ ਸ਼ਕਤੀਸ਼ਾਲੀ ਭਰਾਵਾਂ ਦਾ ਭਰਾ ਹੈ ਸੱਤ ਭਾਈ ਭਰਾ ਅਸੀਂ ਕਹਿੰਦੇ ਹਾਂ ਸ਼ਕਤੀ ਨੂੰ ਜਿਹਦੇ ਚਾਰ ਭਰਾ ਨੇ ਉਹ ਕਹਿੰਦਾ ਮੇਰੇ ਜਿਹਦੇ ਕੋਲ ਸੱਚ ਹੈ ਉਹਨੂੰ ਵੀ ਡਰ ਨਹੀਂ ਆਉਂਦਾ ਉਹਦੀ ਸ਼ਕਤੀ ਸੱਤ ਭਾਈ ਖੈਰ ਮੈਂ ਅੱਗੇ ਚੱਲਾਂ ਅੱਗੇ ਜਾ ਕੇ ਇੱਕ ਲਫ਼ਜ਼ ਵਰਤੇ ਨੇ ਕਹਿੰਦੇ ਨੇ ਮਨ ਨੇ ਇਸ ਪਰਿਵਾਰ ਵਿੱਚ ਜਨਮ ਲਿਆ ਹੁਣ ਉਹਦਾ ਵਿਆਹ ਵੀ ਕਰਨਾ ਮਨ ਨੇ ਅੱਗੇ ਵੀ ਤੇ ਵਧਣਾ ਹੈ ਖੁਸ਼ਕਿਸਮਤੀ ਨਾਲ ਕਿਸੇ ਦਾ ਚੰਗਾ ਮਨ ਹੋ ਜਾਏ ਜਿਹਦੀ ਮਾਂ ਮਤ ਹੋਵੇ ਪਿਤਾ ਸੰਤੋਖ ਹੋਵੇ ਕਹਿਣ ਲੱਗੇ ਹੁਣ ਢੂੰਡ ਸ਼ੁਰੂ ਹੋਈ ਕਹਿਣ ਦਾ ਵਿਆਹ ਕਿਸ ਬੱਚੀ ਨਾਲ ਕੀਤਾ ਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਖਿਆਲ ਹੈ ਅਗਲੇ ਪਾਸੇ ਲਫ਼ਜ਼ ਫਿਰ ਉਹ ਹੀ ਅੱਜ ਦੇ ਸ਼ਰਮਖੰਡ ਵਾਲਾ ਆ ਗਿਆ ਲਓ ਇੱਥੇ ਰੁਕਣਾ ਚਾਹੁੰਦਾ ਕਹਿਣ ਲੱਗੇ ਹੋਇਆ ਕਿ ਸ਼ਰਮ ਸੁਰਤ ਦੋਏ ਸੱਸੁਰ ਪਏ
ਸ਼ਰਮ ਤੇ ਸੁਰਤ ਸਸੁਰਾਲ ਬਣ ਗਿਆ। ਸ਼ਰਮ ਤੇ ਸੁਰਤ ਉੱਦਮ ਤੇ ਚੇਤਨਾ, ਕਿਉਂਕਿ ਚੇਤਨਾ ਬਿਨਾਂ ਉੱਦਮ ਕਿਸੇ ਕੰਮ ਨਹੀਂ। ਅੱਜ ਵੀ ਸਵੇਰੇ ਲਫ਼ਜ਼ ਆਏ ਸਨ ਕਿ ਉੱਦਮ ਚੂਹੇ ਕੋਲ ਵੀ ਹੈ, ਸਾਰੀ ਰਾਤ ਕੁਝ ਕਰੀ ਜਾਂਦਾ ਪਰ ਚੇਤਨਾ ਕੋਈ ਨਹੀਂ, ਗਿਆਨ ਕੋਈ। ਗੁਰੂ ਕਹਿਣ ਲੱਗੇ ਸ਼ਰਮ ਸੁਰਤ ਦੋਏ ਸਸਰੂਪ ਹੈ, ਉੱਦਮ ਨੇ ਤੇ ਚੇਤਨਾ ਨੇ ਗਿਆਨ ਨੇ ਇੱਕ ਬੱਚੀ ਨੂੰ ਜਨਮ ਦਿੱਤਾ, ਉਹਦਾ ਨਾਂ ਸੀ ਕਰਨੀ। ਫਿਰ ਕਰਮ ਆ ਗਿਆ, ਕਰਨੀ ਦਾ ਅਰਥ ਦੂਜਾ ਕਰਮ, ਉਹ ਪੁਲਿੰਗ ਹੈ, ਉਹ ਇਸਤਰੀਲਿੰਗ ਹੈ, ਸ਼ਬਦਾਵਲੀ ਦਾ ਫਰਕ ਹੈ। ਜਾਂ ਕਰਨੀ ਹੋਵੇ ਸ਼ਰਮਿੰਦਾ, ਇਹ ਕਮਾਣੀ ਰੀਤ ਹੋਇਆ ਕਿ ਸ਼ਰਮ ਤੇ ਸੁਰਤ ਵਿੱਚੋਂ, ਕਿਉਂਕਿ ਉੱਦਮ ਨੇ ਕਰਨੀ ਬਣਨਾ, ਸ਼ਰਮ ਨੇ ਕਰਮ ਬਣਨਾ। ਇਸ ਲਈ ਹੁਣ ਦਾ ਸਬਜੈਕਟ ਸ਼ਰਮ ਖੰਡ ਹੈ, ਸਵੇਰੇ ਕਰਮ ਖੰਡ ਹੈ, ਸ਼ਰਮ ਨੇ ਕਰਮ ਬਣਨਾ। ਬੜੀ ਤਰਤੀਬ ਦਿੱਤੀ ਨੇ, ਖੰਡਾਂ ਦੀ ਗਿਣਤੀ ਕਰਨ ਲੱਗੇ। ਕਹਿਣ ਲੱਗੇ ਸ਼ਰਮ ਸੁਰਤ ਦੋਏ ਸਸੁਰਭ ਹੈ, ਗਿਆਨ ਨਾਲ ਸੰਬੰਧਿਤ, ਚੇਤਨਾ ਨਾਲ ਸੰਬੰਧਿਤ ਸ਼ਰਮ ਉੱਦਮ ਜਿਹੜਾ ਉਹ ਸਸੁਰਾਲ ਬਣ ਗਿਆ। ਉਹਨਾਂ ਦੇ ਘਰ ਲਿਆ ਜਨਮ ਕਰਨੀ ਨੇ, ਤੇ ਜਿਹੜੀ ਸ਼ਰਮ ਸੁਰਤ ਵਿੱਚੋਂ, ਜਿਹੜੀ ਉੱਦਮ ਤੇ ਚੇਤਨਾ ਵਿੱਚੋਂ ਕਰਨੀ ਨਿਕਲੇਗੀ ਨਾ, ਉਹ ਮਹਾਨ ਹੋਵੇਗੀ। ਤੇ ਮਨ, ਕਿਉਂਕਿ ਮਾਤਾ ਮਤ ਪਿਤਾ ਸੰਤੋਖ ਦੇ ਘਰ ਜਨਮ ਲੈਣ ਵਾਲਾ ਸੀ, ਉਹਦਾ ਭਰਾ ਸੀ ਸੱਤ, ਉਹ ਵੀ ਇੰਨਾ ਮਹਾਨ ਸੀ, ਉਹਨੂੰ ਪਤਨੀ ਵੀ ਇੰਨੀ ਮਹਾਨ ਚਾਹੀ ਸੀ ਦੀ ਸੀ। ਇਸ ਲਈ ਸ਼ਰਮ ਸੁਰਤ ਦੋਏ ਸਸੁਰਭ ਹੈ, ਕਰਨੀ ਕਾਮਨ ਕਰ ਮਨ ਲੈ। ਮਨ ਨੇ ਉਹਨਾਂ ਦੇ ਘਰ ਪੈਦਾ ਹੋਈ ਹੋਈ ਕਰਨੀ ਨੂੰ ਆਪਣਾ ਕਾਮਨ ਬਣਾ ਲਿਆ। ਹੁਣ ਕਾਮਨ ਕਹਿੰਦੇ ਨੇ ਗੁਰਮਤਿ ਦੀ ਬੋਲੀ ਵਿੱਚ ਪਤਨੀ, ਹਾਂ ਮੈਂ ਕਾਮਨ, ਮੇਰਾ ਕੰਤ ਕਰਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਮਨ ਨੇ ਉਸ ਕਰਨੀ ਨੂੰ ਆਪਣਾ ਕੰਮ, ਉਹਦੇ ਨਾਲ ਵਿਆਹਿਆ ਗਿਆ। ਹੁਣ ਮਨ ਸੀ ਵਿਚਾਰਾਂ ਦਾ ਕੇਂਦਰ ਤੇ ਕਰਨੀ ਸੀ ਵਿਹਾਰਾਂ ਦਾ ਕੇਂਦਰ। ਮਨੁੱਖ ਦੀ ਕਰਨੀ ਭਾਵ ਵਿਚਾਰ ਤੇ ਵਿਹਾਰ ਇੱਕ ਹੋ ਗਏ, ਇਕੱਠੇ ਹੋ ਗਏ। ਅੱਜ ਕੀ ਹੈ, ਵਿਚਾਰ ਹੋਰ ਨੇ, ਵਿਹਾਰ ਹੋਰ। ਪਰ ਗੁਰਮਤਿ ਦੀ ਦੁਨੀਆਂ ਵਿੱਚ ਜਦੋਂ ਵਿਆਹ ਹੋਇਆ, ਇੱਥੇ ਹੋਇਆ ਕਿ ਕਰਨੀ ਕਾਮਨ ਕਰ ਮਨ ਲਏ, ਮਨ ਨੇ ਕਰਨੀ ਨੂੰ ਆਪਣਾ ਕਾਮਨ ਬਣਾ ਲਿਆ, ਵਿਆਹ ਗਿਆ। ਹੁਣ ਜਿਹੋ ਜਿਹੇ ਵਿਚਾਰ ਨੇ, ਉਹ ਜਿਹੇ ਵਿਹਾਰ ਨੇ, ਇੱਕੋ ਘਰ ਆ ਗਿਆ ਦੋਹਾਂ ਦਾ। ਇੱਕ ਘਰ ਵਿੱਚ ਵਿਚਾਰ ਤੇ ਵਿਹਾਰ ਹੀ ਇਕੱਠੇ ਨੇ। ਤੂੰ ਮੈਂ ਕਰ ਰਿਹਾ ਸਾਂ, ਸ਼ਰਮ ਜਿਹੜਾ ਹੈ ਉਹਨੇ ਹੀ ਕਰਨੀ ਬਣਨਾ, ਉਹਦੇ ਵਿੱਚੋਂ ਕਰਨੀ ਨੇ ਜਨਮ ਲੈਣਾ, ਕਰਮ ਨੇ ਜਨਮ ਲੈਣਾ। ਸ਼ਰਮ ਨੇ ਸਭ ਤੋਂ ਪਹਿਲਾਂ ਕਰਮਾਂ ਨੂੰ ਜਨਮ ਦੇਣ ਤੋਂ ਪਹਿਲਾਂ, ਜਿਸ ਕਰਮ ਨੇ, ਬੁੱਧੀ ਨੇ, ਮਤ ਨੇ ਕਰਮਾਂ ਨੂੰ ਜਨਮ ਦੇਣਾ, ਪਹਿਲਾਂ ਉਹਨੂੰ ਕੱਢਦਾ। ਲੈ, ਜਿਹਦੀ ਬੁੱਧੀ ਚੰਗੀ ਨਹੀਂ, ਜਿਹਦੀ ਮਤ ਹੀ ਚੰਗੀ ਨਹੀਂ, ਜਿਹਨੂੰ ਸਿੱਖਿਆ ਹੀ ਚੰਗੀ ਨਹੀਂ, ਜਿਹਦੇ ਵਿਚਾਰ ਹੀ ਚੰਗੇ ਨਹੀਂ, ਉਹ ਕਰਮ ਚੰਗੇ ਕੀ ਕਰੇਗਾ। ਇਸ ਲਈ ਸ਼ਰਮ ਖੰਡ ਦੇ ਅੰਦਰ, ਸ਼ਰਮ ਖੰਡ ਦੀ ਦੁਨੀਆ ਵਿੱਚ ਪਹਿਲਾਂ ਘੜਨਾ ਸ਼ੁਰੂ ਹੋਇਆ, ਅਤੇ ਉਹ ਘਾੜਤ ਕਰਮ ਦੀ ਨਹੀਂ, ਉਹ ਘੜਤ ਮਤ ਬੁੱਧ ਸੁਰਤ ਤੇ ਮਨ ਦੀ ਸ਼ੁਰੂ ਹੋ ਗਈ। ਉੱਥੇ ਇਹ ਘੜਿਆ ਜਾਂਦਾ, ਜਿਹੜਾ ਇੱਥੇ ਘੜਿਆ ਜਾਂਦਾ ਨਾ, ਉਹ ਕੀ ਹੈ, ਤਿੱਥੇ ਘੜੀ ਹੈ, ਤਿੱਥੇ ਘੜੀ ਹੈ, ਸੁਰਤ ਮਤ ਮਨ ਬੁੱਧ, ਤਿੱਥੇ ਘੜੀ ਹੈ। ਕਹਿਣ ਲੱਗੇ ਉਹ ਮਤ ਬੁੱਧ ਘੜੀ ਜਾਂਦੀ ਹੈ ਜਿਹੜੀ ਦੇਵਤਿਆਂ ਵਾਲੀ ਹੁੰਦੀ ਹੈ। ਇੱਥੇ ਦੇਵਤਿਆਂ ਤੋਂ ਭਾਵ ਉੱਤਮ ਪੁਰਸ਼ ਹੈ, ਜਿਹੜੀ ਦੇਵ, ਜਿਹਨਾਂ ਨੂੰ ਲੋਕ ਮਹਾਨ ਸਮਝਦੇ ਨੇ। ਜੇ ਉਹ ਮਹਾਨ ਕਰਮਾਂ ਵਾਲਾ ਕਿਸੇ ਮਨੁੱਖ ਨੂੰ ਬਣਨਾ ਨੇ ਬਣਨਾ ਹੋਵੇ ਤਾਂ ਉਹਨੂੰ ਮਤ ਪਹਿਲਾਂ ਉੱਤਮ ਬਣਾਉਣੀ ਪਏਗੀ, ਅਤੇ ਉਹ ਸ਼ਰਮਖੰਡ ਘੜੇਗਾ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ, ਜਿਹੜੇ ਸਿੱਧ ਨੇ ਉਹਨਾਂ ਦੀ ਸੁੱਧ, ਉਹਨਾਂ ਦੀ ਵਿਚਾਰ, ਉਹਨਾਂ ਦੀ ਚੇਤਨਾ ਵੀ ਇੱਥੇ ਹੀ ਘੜੀ ਜਾਂਦੀ ਹੈ। ਸਿੱਧ ਕੌਣ ਨੇ? ਆ ਜਿਹੜੇ ਭੂਤ ਪ੍ਰੇਤ ਸਿੱਧ ਕਰਦੇ ਨੇ, ਇਹ ਨਹੀਂ, ਬਲਕਿ ਜਿਹਨਾਂ ਦੇ ਸੰਬੰਧ ਵਿੱਚ ਗੁਰੂ ਨੇ ਵੀ ਆਖ ਦਿੱਤਾ, ਕੰਚਨ ਕਾਇਆ ਕੋਟ ਗੜ, ਕਿਤੋਂ ਬਾਹਰੋਂ ਨਹੀਂ, ਮਨੁੱਖ ਨੂੰ ਰੱਬ ਦੇ ਨੇੜੇ ਲਿਆ ਰਹੇ ਨੇ, ਕਹਿੰਦੇ ਨੇ ਬਾਹਰੋਂ ਨਾ ਢੂੰਡ। ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ, ਅੰਦਰੋਂ ਸਿੱਧ ਕਰ, ਬਾਹਰੋਂ ਕਿਉਂ ਢੂੰਡਣਾ?
ਰੱਬ ਨੂੰ ਢੂੰਡਣ ਲਈ ਕਿਸੇ ਜੰਗਲਾਂ ਵਿੱਚ ਆਕਾਸ਼ਾਂ ਪਤਾਲਾਂ ਵਿੱਚ ਕਿਉਂ ਜਾਣਾ? ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ। ਅਤੇ ਕਹਿਣ ਲੱਗੇ ਉਹ ਜਿਹੜੀ ਅੰਦਰ ਸਿੱਧ ਕਰਨ ਵਾਲੀ ਪਰਮਾਤਮਾ ਨੂੰ ਸੁੱਧ ਹੈ ਨਾ, ਉਹ ਸ਼ਰਮ ਖੰਡ ਕੱਢਦਾ ਹੈ। ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਤਿੱਥੇ ਘੜੀ ਹੈ ਸੁਰਾਂ ਸਿੱਧਾਂ ਕੀ ਸੁੱਧ। ਲਓ ਆਹ ਹੈ ਜੀ ਸ਼ਰਮ ਖੰਡ ਦੀ ਘਾੜਤ। ਤਿੱਥੇ ਘੜਤ ਘੜੀਏ ਬਹੁਤ ਅਨੂਪ, ਬੜੀ ਮਹਾਨ ਘਾੜਤ, ਜਿਹੜੀ ਸੰਸਾਰ ਦੇ ਕਿਸੇ ਘੜਨਹਾਰੇ ਦੀ ਟਕਸਾਲ ਵਿੱਚ ਨਹੀਂ ਘੜੀ ਜਾਂਦੀ। ਸੰਸਾਰ ਦਾ ਕੋਈ ਡਾਈ ਮੇਕਰ ਜਿਹੜਾ ਹੈ ਉਹ ਇਸ ਕਿਸਮ ਦੀ ਘਾੜਤ ਨਹੀਂ ਬਣਾ ਸਕਦਾ ਜਿੱਥੇ ਗੁਰਮੁਖ ਘੜਿਆ ਜਾਂਦਾ ਹੋਵੇ, ਜਿੱਥੇ ਆਹ ਘਾੜਤ ਬੁੱਧੀ ਅਤੇ ਮਤ ਦੀ ਘੜੀ ਜਾਂਦੀ ਹੋਵੇ। ਗੁਰੂ ਕਹਿੰਦੇ ਨੇ ਜਦੋਂ ਗਿਆਨ ਖੰਡ ਅਤੇ ਧਰਮ ਇਕੰਡ ਇਕੱਠੇ ਹੋ ਕੇ ਸ਼ਰਮ ਖੰਡ ਵਿੱਚ ਪ੍ਰਵੇਸ਼ ਕਰਦੇ ਨੇ ਨਾ, ਉੱਥੇ ਫਿਰ ਸੁਰਤ ਮਤ ਅਤੇ ਮਨ ਬੁੱਧੀ ਘੜੀ ਜਾਂਦੀ ਹੈ। ਉਹ ਜਿਹੜੀ ਮਤ ਹੈ ਨਾ, ਉਹ ਜਿਹੜੀ ਬੁੱਧੀ ਹੈ ਨਾ, ਉਹ ਜਿਹੜਾ ਮਨ ਦਾ ਵਿਚਾਰ ਵਿਹਾਰ ਹੈ ਨਾ ਉੱਥੇ ਟਿਕਿਆ ਹੋਇਆ, ਉਹ ਹੁਣ ਕਰਮ ਖੰਡ ਬਣਨਾ ਅਤੇ ਬਣਨਾ ਸਵੇਰੇ। ਆਪਾਂ ਦੇਖੀਏ ਭਲਾ ਸਾਨੂੰ ਗੁਰੂ ਰੱਬ ਦੇ ਕਿੱਡਾ ਨੇੜੇ ਲਿਜਾ ਰਿਹਾ ਅਤੇ ਕਿਤੋਂ ਬਾਹਰੋਂ ਨਹੀਂ ਅੰਦਰੋਂ ਲਿਜਾ ਰਿਹਾ। ਪਰ ਅਸੀਂ ਉਹਦੀ ਘੜੀ ਹੋਈ ਘਾੜਤ ਜਿਹੜੀ ਉਹ ਸ਼ਰਮ ਖੰਡ ਵਿੱਚ ਬੈਠ ਕੇ ਘੜ ਰਿਹਾ ਉਹਨੂੰ ਪਛਾਣੀਏ। ਗੁਰੂ ਆਖਦੇ ਨੇ ਸ਼ਰਮ ਖੰਡ ਕੀ ਬਾਣੀ ਰੂਪ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਐ ਬਹੁਤ ਅਨੂਪ, ਤਿੱਥੇ ਘਾੜਤ ਘੜੀਐ ਬਹੁਤ ਅਨੂਪ, ਸ਼ਰਮ ਖੰਡ ਕੀ ਬਾਣੀ ਰੂਪ, ਸ਼ਰਮ ਖੰਡ ਕੀ ਬਾਣੀ ਰੂਪ, ਸ਼ਰਮ ਖੰਡ ਕੀ ਬਾਣੀ ਰੂਪ, ਸ਼ਰਮ ਖੰਡ ਕੀ ਗੁਰੂ ਰਹਿਮਤ ਕਰੇ ਸ਼ਰਮ ਖੰਡ ਦੀ ਇਸ ਚੇਤਨਾ ਨਾਲ ਸਾਡੀ ਮਤ ਬੁੱਧ ਸੁਰਤ ਵੀ ਘੜੀ ਜਾਏ, ਐਸੀ ਘੜੀ ਜਾਏ ਕਿ ਇਹਦੇ ਵਿੱਚੋਂ ਜਿਹੜਾ ਕਰਮ ਖੰਡ ਜਨਮ ਲਵੇ ਨਾ ਉਹ ਸੱਚ ਖੰਡ ਬਣ ਜਾਏ, ਸਾਨੂੰ ਬਾਹਰੋਂ ਕਿਤੇ ਢੂੰਡਣਾ ਨਾ ਪਵੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿੱਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।